ਨਾ ਧਿਆਨ ਨਾਲ ਹੀ ਤੂੰ ਅੱਗੋ ਅੱਗੇ ਓਏ ਦਾਣੇ ਡਿੱਗ ਗਏ ਕਣਕ ਦੇ ਦਾਣੇ ਦੋ ਪਏ ਉਹ ਚੁੱਕ ਚੋਰੀ ਖੁਦਾ ਦਾ ਨਾਂ ਲੈਣਾ ਜਾਂ ਘਰ ਨਾ 2 ਕਿਲੋ ਘਿਓ ਚਾਹੀਦਾ ਦੇਸੀ ਚਲੋ ਆ ਕਣਕਾਂ ਵੱਢੋ ਤਾਂ ਦੇ ਦੇ ਨਾ 2 ਕਿਲੋ ਦੇਸੀ ਘਿਓ ਕਿਹੜਾ ਰੌਲਾ ਏਡਾ ਪੈਸੇ ਹੀ ਕੱਟਣੇ ਮੈਂ ਵਿੱਚੋਂ ਮੇਰੇ ਵੱਲੋਂ ਬੰਦ 1 ਕਿਲੋ ਲਾਇਆ ਆ ਦੇਖ ਲਓ ਰੋਟੀ ਘਾਟ ਆ ਤਾਂ ਹੋਰ ਮੰਗਾ ਲੈਨੇ ਚੋਰੀ ਸਾਹਿਬ ਆ ਰੋਟੀਆਂ ਤੇ ਆ ਗਈਆਂ ਤੇ ਉਹ ਬੱਕਰਾ ਕਿੱਥੇ ਹੈ ਬੱਕਰਾ ਬੱਕਰਾ ਲੋ ਉਹ ਅਲੀ ਆ ਹੀ ਗਿਆ ਉਹ ਲਿਆ ਇਧਰ ਲਾਵੇ ਗੋ बड़े दिन हो गए आप सलीम अलवेला भाई होरां दी कोई वीडियो नहीं देखी सो सलीम अलवेला विद गोगा पसरूरी सो जा रहे हैं ये कणकां वढ रहे हैं देखते हैं जाके किदां कणक वढदे आ ये ठीक है सो वीडियो घैंट होनी है पहला हैडफोन ला लो चक दो फटे वीडियो भी पूरी देखो बिल्कुल एंड तक ठीक है तोड़ो ना समान कोई चक्कर नहीं एक्साइटमेंट ही बहुत है यार एक्साइटमेंट लेवल चेक करो तुम चलो वीडियो शुरू करो गाइस वीडियो नु पूरी देखो शेयर करो अपने यार दोस्तों मित्रों नाल फैमिली नाल देख सकदे हो वीडियो असीं व्यूज़ दे लई कोई उदां दा कंटेंट नहीं लेके आउंदे कि व्यूज़ होण ठीक है लेकिन सपोर्ट तुसी करनी है अपनी फैमिली नाल शेयर करके वीडियो ठीक है चलो आ जाओ देखिए ना ओ साडे बन जाने अल्लाह दी रहमत ना चोरी दे कोलों साल दी कणक जड़ी आ हो जानी है अपनी हथा नाल ही वड्डन दे यार आ मशीन दा जब पै गया इन्हां ने भुख्या मारता सानू अच्छा कंबाइन नहीं लाई वड्डियां कोलों ही वढाउंदे हुंदे सी ओदा मैनूं फिल्मां च बड़ा शौक सी ना ਕੰਮ ਕਰਨ ਦਾ ਉਹ ਡਾਇਲੌਗ ਮੈਨੂੰ ਬੜਾ ਚੰਗਾ ਲੱਗਦਾ ਜੀ ਕਿਹੜਾ ਉਹ ਜਿਹੜਾ ਕਹਿੰਦਾ ਕਾਤੀਆ ਇਹ ਮਜ਼ਦੂਰ ਕਾ ਹੱਥ ਹੈ ਤੂੰ ਕਹੇ ਤੋ ਭੌਂਕੂ ਤੂੰ ਕਹੇ ਤੋ ਕਾਟ ਬੜਾ ਵਾਦੂ ਡਾਇਲੌਗ ਜੀ ਮਿਕਸ ਕਿੱਥੇ ਮਿਲਦਾ ਉਹ ਆ ਗਿਆ ਸਨੀ ਦੇਵਲ ਦਾ ਜਿਹੜਾ ਡਾਇਲੌਗ ਹੈ ਨਾ ਉਹ ਜਿਹੜਾ ਆਂਦਾ ਨਾ ਇੱਕ ਫਿਲਮ ਦੇ ਵਿੱਚ ਭਾਈ ਉਹ ਜਿਹੜਾ ਕਹਿੰਦਾ ਆ ਡੌਨ ਕੋ ਫੜਨਾ ਮੁਮਕਨ ਹੈ ਨਾ ਮੁਮਕਨ ਵੀ ਆ ਵੀ ਬੜਾ ਟੌੜੀ ਹੋ ਗਈ ਨਾ ਮੁਮਕਨ ਮੰਕ ਯੋ ਵੇਖੀ ਉਹ ਫਿਲਮ ਕਿਹੜੀ ਸ਼ਾਹਰੁਖ ਖਾਨ ਨਵੀਂ ਜਿਹੜੀ ਮੌਲਾ ਜੱਟ ਆਈ ਆ ਚੰਗੀ ਹੈ ਉਹ ਜਿਹੜੀ ਕਹਿੰਦੀ ਆ ਮੌਲਿਆ ਤੇਰੀ ਮੈਂ ਪੱਕੀ ਪੱਕੀ ਮਸ਼ਹੂਰ ਆ ਬੜਾ ਟੌੜੀ ਹੋ ਵੀ ਉਹ ਮਾਰਨਾ ਵੀ ਆ ਚੂੜੀਆਂ ਫਿਲਮ ਆ ਜਿਹੜੀ ਉਹ ਚੂੜੀਆਂ ਫਿਲਮ ਦੀ ਗੱਲ ਕਰਦਾ ਉਹ ਸਾਡੇ ਪਿੰਡ ਬਣੀ ਉਹ ਕਾਲੇ ਦੇ ਲੱਗ ਗਿਆ ਸ਼ੇਰ ਸਿੰਘ ਸਾਡਾ ਪਿੰਡ ਗਿਆ ਉੱਥੇ ਉਹਦੇ ਉੱਥੇ ਸੈਮਾ ਚੂੜੀਆਂ ਲੈਣ ਨਹੀਂ ਆਉਂਦੀ ਆਹੋ ਮੇਲੇ 'ਚ ਆਹੋ ਅਤੇ ਮਗਰ ਹੀ ਜਿਹੜਾ ਵਾ ਉਹ ਮੁੰਮਰ ਰਾਣਾ ਆ ਜਾਂਦਾ ਉਹਦੇ ਪਿੱਛੇ ਹੀ ਮੈਂ ਸੀ ਮੈਨੂੰ ਕੈਮਰੇ ਵਾਲਾ ਕਹਿੰਦਾ ਦਫਾ ਹੋ ਜਾ ਬਾਹਰ ਹੋ ਜਾਈ ਸ਼ਾਟ ਨਹੀਂ ਮੇਰਾ ਉਹਨਾਂ ਨੇ ਆਉਣ ਦਿੱਤਾ ਨਹੀਂ ਤਾਂ ਫਿਲਮ ਦੇ ਵਿੱਚ ਨਵੀਂ ਆ ਗਈ ਅੱਜ ਕੁਝ ਵੱਖਰਾ ਜਾਣਾ ਹਿੱਟ ਹੋ ਜਾਣਾ ਮੈਂ ਕਹਿੰਦਾ ਫਿਲਮਾਂ ਜਿਹੜੀਆਂ ਟੌਰੀ ਜਿਹੜੀਆਂ ਬਣੀਆਂ ਨਾ ਜਿਹੜੀ ਪਹਿਲੀ ਮੌਲਾ ਜੱਟ ਸੀ ਉਹ ਬੜੀ ਉਹ ਮਨਵਰ ਸ਼ਰੀਫ ਦੀਆਂ ਫਿਲਮਾਂ ਮੈਨੂੰ ਬੜੀਆਂ ਚੌਰੀ ਲੱਗਦੀਆਂ ਸੀ ਬਈ ਬੜਾ ਮਖੌਲੀਆ ਸੀ ਵੀ ਮੈਂ ਆਨਾ ਵਾ ਵੀ ਪੂਰੀ ਨਾ ਪੂਰੀ ਜ਼ਿੰਦਗੀ ਚ ਇੰਜ ਦਾ ਮਖੌਲੀਆ ਨਹੀਂ ਆਉਣਾ ਉਹਦੀ ਫਿਲਮ ਨਹੀਂ ਇੱਕ ਉਹਦਾ ਗਾਣਾ ਵਿੱਚ ਆਉਂਦਾ ਸੀ ਆ ਮੈਂ ਤੈਨੂੰ ਜਿਹੜਾ ਵੇਖ ਮੈਂ ਤੈਨੂੰ ਉਹਦਾ ਦਿਖਾਵਾਂ ਜਿਹੜਾ ਗਾਣਾ ਖੁਸ਼ੀ ਜੀ ਗਾਇਆ ਉਹਨੇ ਉਹ ਮੇਰੇ ਪੈਰਾਂ 'ਚ ਘੁੰਗਰੂ ਪਵਾ ਦੇ ਤੇ ਫਿਰ ਮੇਰੀ ਟੋਰ ਵੇਖ ਲੈ ਫਿਰ ਮੇਰੀ ਟੋਰ ਵੇਖ ਲੈ ਉਹ ਘਾਤਕ ਫਿਲਮ ਉਹ ਸਨੀ ਦਿਓਲ ਦੀ ਉਹ ਕਹਿੰਦਾ ਯੇ ਮਜ਼ਦੂਰ ਕਾ ਹੱਥ ਹੈ ਕਾਤੀਆ ਤੇ ਤੇਰਾ ਆਪਣਾ ਕਿੱਥੇ ਆ ਵਧਵਾ ਬੈਠਾ ਉਹ ਗਿਆ ਕੰਮ ਛੱਡ ਦੇ ਤੇ ਫਿਲਮਾਂ 'ਚ ਕੰਮ ਕਰ ਲਾ ਚਲਾ ਜਾ ਸਟੂਡੀਓ ਕਾਮਲ ਫਿਲਮਾਂ 'ਚ ਤੇਰੀ ਬੜੀ ਜ਼ਰੂਰਤ ਆ ਹੈਂ ਉਹ ਕਣਕ ਵੱਢਣ ਆਇਆ ਕਿ ਇੱਥੇ ਐਕਟਿੰਗ ਕਰਨ ਆਇਆ ਤੂੰ ਚੋਰੀ ਸਾਹਿਬ ਆ ਵੇਖੋ ਅਸੀਂ ਕਣਕ ਵੱਢ ਵੱਢ ਤੇ ਢੇਰ ਲਾਏ ਪਏ ਆ ਤੇ ਬੱਲੇ ਬੱਲੇ ਮੈਂ ਹੁਣ ਕਿੱਦਾਂ ਚਕਵਾਵਾਂਗਾ ਇਹ ਢੇਰ ਉਹ ਮੀਂਹ ਕਣੀ ਦਾ ਮੌਸਮ ਆ ਬੱਦਲ ਚੜ੍ਹੇ ਆ ਤੇਰੇ ਵਾਂਗੂ ਇੱਧਰ ਨੂੰ ਹੈਂ ਹੱਥ ਮਾਰੋ ਪਰ ਇਹਦੇ ਇੱਧਰ ਆ ਇੱਥੇ ਤਾਂ ਮੈਂ ਘੰਟਾ ਹੋ ਗਿਆ ਪਿੱਛੇ ਖਲੋ ਕੇ ਤੇਰੇ ਡਾਇਲੌਗ ਸਾਰੇ ਸੁਣੇ ਆ ਤਗੜੀ ਦੀ ਪਰਫਾਰਮੈਂਸ ਨਹੀਂ ਤੇਰੀ ਚੋਰੀ ਸਾਹਿਬ ਬੁਰੀ ਗੱਲ ਆ ਕਿਸੇ ਬੰਦੇ ਦੀ ਚੁਗਲੀ ਕਰਨੀ ਪਿੱਛੇ ਹੋ ਕੇ ਗੱਲ ਸੁਣੀ ਆ ਗੀਬਤ ਹੀ ਹੁੰਦੀ ਆ ਉਹ ਦੂਜੇ ਕਿੱਥੇ ਆ ਡੋਗਰ ਹੁਣੀ ਕਿੱਥੇ ਆ ਸਾਰੇ ਡੋਗਰ ਹੁਣੀ ਗਏ ਆ ਚੋਰੀ ਸਾਹਿਬ ਜਿਹੜਾ ਪਾਣੀ ਪਾਣੀ ਧਾਣੀ ਪੀਣ ਗਏ ਆ ਪਾਣੀ ਧਾਣੀ ਇੱਥੋਂ ਪੀ ਲੈਂਦੇ ਤਾਜ਼ਾ ਤੇ ਆਉਂਦੇ ਆਵੇ ਨਿੱਤਰ ਪਾਣੀ ਆ ਚਲੋ ਤੁਸੀਂ ਘੁੱਟ ਲਾਓ ਓਨੀ ਦੇਰ ਫਿਰ ਉਹ ਵੀ ਆ ਜਾਂਦੇ ਆ ਅਲੀ ਨਾਲ ਉਹ ਤੇ ਨਾ ਦੇ ਮੇਰੀ ਗੱਲ ਸੁਣ ਕੋ ਗਿਆ ਕਣਕ ਦਾ ਦਾਣਾ ਇੱਕ ਵੀ ਜਾਇਆ ਨਹੀਂ ਹੋਣਾ ਚਾਹੀਦਾ ਚੋਰੀ ਸਾਹਿਬ ਹੁਣ ਇਹ ਕਣਕਿਆ ਵੱਡਿਆ ਇੱਕ ਅੱਧਾ ਦਾਣਾ ਦੇ ਥੱਲੇ ਜਾਣਾ ਹੀ ਆ ਹੁਣ ਕਾਰਪੇਟ ਵਿਛਾ ਲਈਏ ਥੱਲੇ ਅਸੀਂ ਕਿਉਂ ਜਾਵੇ ਥੱਲੇ ਕਿਉਂ ਜਾਵੇ ਤੁਹਾਨੂੰ ਪਤਾ ਕਿਸਾਨ ਦੀ ਕਿੰਨੀ ਮਿਹਨਤ ਹੁੰਦੀ ਆ ਇਹਦੇ ਤੇ ਉਹ ਕਿਸਾਨ ਮੈਂ ਹੀ ਆ ਤੁਸੀਂ ਤੇ ਲਾਂਬੇ ਫਿਰਦੇ ਤੁਰਦੇ ਅਸੀਂ ਇੱਥੇ ਸਾਰੇ ਚਾਈ ਆ ਕਣਕ ਪਰ ਹਾਲੇ ਇੱਕ ਇੱਕ ਦਾਣਾ ਭਾਈ ਜਿਹੜਾ ਕੀਮਤੀ ਆ ਚਲੋ ਫਿਰ ਰਹਿਣ ਦਿੰਦੇ ਆ ਨਹੀਂ ਵੱਢਦੇ ਅਸੀਂ ਠਹਿਰ ਜਾ ਤੂੰ ਨਹੀਂ ਵੱਢਦੇ ਫੜ ਮਤਲਬ ਆ ਵੀ ਅੱਗੇ ਤੈਨੂੰ ਪਤਾ ਵੀ ਪਿੱਛੇ ਜੇ ਬਾਰਿਸ਼ਾਂ ਹੋਈਆਂ
ਸਾਰੀਆਂ ਕਣਕਾਂ ਲੰਮੀਆਂ ਪੈ ਗਈਆਂ ਵੇਖ ਲਾ ਉਦਾਂ ਦੀਆਂ ਉਦਾਂ ਹੀ ਆ। ਉਹ ਤੇ ਕੁਦਰਤੀ ਗੱਲ ਆ, ਹੁਣ ਚੌਰੀ ਸਾਹਿਬ ਵਿੱਚ ਸਾਡਾ ਤੇ ਕਸੂਰ ਕੋਈ ਨਹੀਂ ਨਾ, ਅਸੀਂ ਵਾਢੇ ਲੱਗੇ ਆ। ਚਲੋ ਝੁੱਟੀ ਮਾਰ ਕੇ ਨਿਬੇੜੋ ਕੰਮ, ਵੇਖ ਬੱਦਲ ਚੜਿਆ ਅੱਗ ਹੋ ਗਿਆ, ਇਧਰੋਂ ਵੇਖ ਤੇ ਸਹੀ ਚੌਰੀ ਸਾਹਿਬ ਆ, ਬੱਦਲ ਬੁੱਦਲ ਹੋਏ ਆ, ਅਸੀਂ ਵੱਢਦੇ ਆ ਤੇ ਜਦੋਂ ਮੀਂਹ ਪੈ ਗਿਆ ਤੇ ਖੁਦਾ ਨਾ ਖਾਸਤਾ ਤੁਸੀਂ ਨਾ ਛਤਰੀ ਮੇਰੇ ਸਿਰ ਥੱਲੇ ਰੱਖ ਦਿੱਤੀਆਂ ਫਿਰ ਮੈਂ ਵੱਢ। ਆਹ ਗੱਲ ਬੜੀ ਔਖੀ ਹੁੰਦੀ ਨਾ, ਸਾਰੀ ਕਣਕ ਹੁਣ ਵੀ ਪਿੱਛੇ ਜੇ ਮੀਂਹ ਪੈ ਗਿਆ, ਅੱਜ ਵੀ ਸਾਡੇ ਬਾਹਰ ਕਣੀਆਂ ਪਈ ਜਾਂਦੀਆਂ ਅਜੇ, ਤੇ ਇਹ ਕੰਮ ਔਖਾ ਜਦੋਂ ਪਤਾ ਮੌਸਮ ਉਦਾਂ ਦਾ ਇੱਕ ਛੇ, ਯਾਨੀ ਕਿ ਚੌਰੀ ਤੇਰੇ ਸਿਰ ਤੇ ਛਤਰੀ ਰੱਖੇ, ਚੌਰੀ ਤੇਰੇ ਦੋ ਨਾ ਰੱਖੇ। ਚਲੋ ਕੰਮ ਕਰ, ਅੱਗੇ ਡੇਢ ਘੰਟਾ ਹੋ ਗਿਆ ਇੱਥੇ ਪਿਓ ਵਾਲੀ ਫਿਲਮ ਚਲਾ ਕੇ ਬੈਠਾ ਹੈ, ਖੁਸ਼ੀਆ ਤੇ ਫਲਾਣੀ ਤੇ ਫਲਾਣੀ। ਚੌਰੀ ਜੀ ਅਸੀਂ ਤੇ ਨਾ ਮਾੜਾ ਜਿਹਾ ਸਾਹ ਕੱਢਣ ਵਾਸਤੇ ਗੱਲ ਕਰਨ ਡੇ ਸੀ। ਸਾਹ ਕੱਢਣ ਦੇ, ਤੂੰ ਦੌੜ ਕੇ ਆਇਆ ਜਦੋਂ ਸਾਹ ਕੱਢਣ? ਵੇਖੋ ਅਸੀਂ ਕਿੱਦਾਂ ਅਸੀਂ ਪਰੂੜੇ ਵੱਢ ਵੱਢ ਕੇ ਅਸੀਂ ਰੱਖੇ ਆ। ਉਹ ਜਦੇ ਹੱਥ ਨਹੀਂ ਲਾਇਆ ਕਣਕ ਨੂੰ ਤੁਸੀਂ, ਤਾਂ ਕੀ ਵੱਢ ਲਿਆ ਤੁਸੀਂ, ਇਹ ਕੀ ਵੱਢ ਲਿਆ ਤੁਸੀਂ? ਓਏ ਆ ਆ ਮੁੰਡਾ ਅਲੀ ਆਉਂਦਾ ਸੀ ਵੀ ਭੁੱਖ ਲੱਗੀ ਆ ਤੇ ਚਲੋ ਆਰਾਮ ਫਿਰ ਜਾਵਾਂਗੇ, ਪਹਿਲਾਂ ਨਾ ਕੋਈ ਪੰਡ ਵੱਢ ਲਈਏ। ਓਏ ਅੱਗੇ ਪਤਾ ਨਹੀਂ ਹੁਣ ਕੀ ਰੇਟ ਲੱਗਦਾ ਸੀ ਤੇ ਕੀ ਨਹੀਂ, ਹਕੂਮਤਾਂ ਪਹਿਲੇ ਉਂਝਦੀਆਂ ਹੋਈਆਂ, ਕਿਸਾਨ ਨਾਲ ਉਹਨਾਂ ਦਾ ਕੋਈ ਧਿਆਨ ਨਹੀਂ। ਇਹ ਜਿੰਨੇ ਜੀ ਸਾਰੀ ਜ਼ਮੀਨ ਦੇ ਵਿੱਚ ਆਪਣਾ ਫਸਲਾਂ ਉਗਾਉਣੀਆਂ, ਸਬਜ਼ੀਆਂ, ਕਣਕਾਂ, ਚੌਲ, ਚੌਲ ਧਿਆਨ ਹੀ ਨਹੀਂ ਇਹਨਾਂ ਦਾ। ਚੌਰੀ ਸਾਹਿਬ ਤੁਹਾਡਾ ਜ਼ਰਾਈ ਮੁਲਕ ਆ ਸਾਡਾ ਗੋਗਿਆ, ਉਹ ਜ਼ਰਾਈ ਮੁਲਕ ਆ ਤੇ ਅਸੀਂ ਕਦੋਂ ਕਹਿਣ ਡੇ ਹਾਂ ਵੀ। ਚੌਰੀ ਜੀ ਗੱਲ ਇਹ ਆ ਵੀ ਤੁਸੀਂ ਨਾ ਆ ਜਿਹੜਾ ਐਰ ਕੀ 25 ਮਾਣ ਕਣਕ ਜਿਹੜੀ ਆ ਨਾ ਅਸੀਂ ਲੈਣੀ ਆ ਤੁਹਾਡੇ ਕੋਲ, ਦਾਣਾ ਡਿੱਗਾ ਚੁੱਕ ਆਓ। ਉਹ ਸਿਆਣਿਆਂ ਦੀ ਮਿਸਾਲ ਨਹੀਂ ਸੁਣੀ, ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਦਾ ਨਾਮ। ਚੌਰੀ ਰਹਿ ਜਾਓ, ਤੁਸੀਂ ਕਿਉਂ ਟਪਾਲ ਵਾਲੇ ਬਣਨ ਡੇ ਜੇ? ਓਏ ਉਹ ਪੀਣੇ ਵਾਲੋ ਦਾ ਨਾਮ ਹੈ ਵੈ ਇੱਥੇ। ਚਲੋ ਡੈਡੀ ਤੁਸੀਂ ਧਿਆਨ ਕਰੋ, ਅੱਜ ਮੈਂ ਬੈਠਾ ਨਾ, ਅੱਜ ਮੈਨੂੰ ਵੀ ਕੋਈ ਕੰਮ ਨਹੀਂ। ਦੋਨੇ ਖੜੇ ਹੋਏ। ਚਲ ਹੁਣ ਕੋਈ ਗਾਣਾ ਵੀ ਸੁਣਾ ਨਾ ਨਾਲ, ਜਦੋਂ ਤੁਹਾਨੂੰ ਪਤਾ ਨਹੀਂ ਉਹ ਵਿਸਾਖੀ ਲੱਗਦੀ ਸੀ, ਵਾਢੀਆਂ ਹੁੰਦੀਆਂ ਤੇ ਵਿਸਾਖੀ ਲੱਗਣੀ ਤੇ ਢੋਲ ਵੱਜਣੇ ਤੇ ਯਕੀਨ ਕਰੋ ਗਿੱਧੇ ਮਾਹੀਏ ਪੈਣੇ ਤੇ ਨਾਲ ਕਣਕਾਂ ਕੱਟੀਆਂ। ਹੁਣ ਤੇ ਥ੍ਰੈਸ਼ਰ ਚੱਲ ਪਿਆ, ਉਹ ਤੇ ਗੱਲ ਮੁੱਕ ਗਈ ਵਿਸਾਖੀ ਮੇਲਿਆਂ ਦੇ। ਚੌਰੀ ਸਾਹਿਬ ਸ਼ਰਬਤ ਲੱਗਣੇ ਲਹਿਦਾ, ਬਰਫ਼ ਵਾਲੇ ਗੋਲੇ ਲੱਗਣੇ, ਪੰਘੂੜੇ ਲੱਗਣੇ, ਅਸਮਾਨੀ ਪੰਘੂੜੇ ਤੇ ਮੈਂ ਚੜ੍ਹ ਜਾਣਾ। ਮੈਂ ਕਹਿਣਾ ਮੈਂ ਕਹਿੰਦਾ ਵੀ ਉੱਤੋਂ ਬੰਦ ਹੋ ਜਾਣਾ, ਜਨਰੇਟਰ ਮੁੱਕ ਜਾਣਾ, ਉੱਤੇ ਹੀ ਰਹਿਣਾ ਘੰਟਾ, ਉਹਦਾ ਮਜ਼ਾ ਹੀ ਜਨਰੇਟਰ ਮੁੱਕ ਜਾਣਾ, ਤੇਲ ਨਹੀਂ ਮੁੱਕਣਾ। ਉੱਤੇ ਪਹੁੰਚਾ ਦੇਗਾ ਤੂੰ, ਆ ਕੰਮ ਕਰ, ਚੱਲ ਵੱਢ। ਸਾਡੇ ਬਜ਼ੁਰਗ ਆਉਂਦੇ ਆ ਵੀ ਜਦੋਂ ਕਣਕਾਂ ਪੱਕਣੀਆਂ ਨਾ ਤੇ ਲੋਕਾਂ ਨੇ ਯਕੀਨ ਕਰ ਖੁਸ਼ੀ ਦੇ ਨਾਲ ਢੋਲ ਵਜਾਉਣੇ, ਢੋਲ ਆ ਕੇ ਤੇ ਢੋਲੇ ਮਾਹੀਏ ਗਾਉਣੇ। ਨਹੀਂ ਉਦੋਂ ਦੇ ਚੌਰੀ ਵੀ ਚੰਗੇ ਹੁੰਦੇ ਸੀ ਵੀ ਮਜ਼ਦੂਰਾਂ ਦਾ ਜਿਹੜੇ ਕੰਮ ਹੈ ਉਹਨਾਂ ਦਾ ਖਿਆਲ ਰੱਖਦੇ ਸੀ, 25 ਮਣ ਕਣਕ ਵੀ ਦੇਣੀ ਨਾਲ ਗੁੜ ਨਾਲੇ ਹੋਰ ਤੇ ਨਹੀਂ ਦਿੰਦੇ, ਇੱਥੇ ਰੋਹ ਪਾਈ ਰੱਖਦੇ। ਬਹੁਤ ਹੋ ਗਈ ਮਹਿੰਗਾਈ, ਬਹੁਤ ਹੋ ਗਈ ਮਹਿੰਗਾਈ ਹੋ ਗਈ ਸਾਡੇ ਵਾਲੀ ਚੌਰੀਆਂ ਦੇ ਨਾਲ ਦੇ ਪਿੰਡ ਵਾਲੇ ਸਾਰੀਆਂ ਸਹੂਲਤਾਂ ਕਾਮਿਆਂ ਨੂੰ ਦੇਣ ਡਏ ਆ। ਉਹ ਗੁੱਗਿਆ ਖਾਦਾਂ ਬਹੁਤ ਮਹਿੰਗੀਆਂ ਹੋ ਗਈਆਂ, ਮਜ਼ਦੂਰੀ ਮਿਲਦੀ ਨਹੀਂ ਅੱਗੋਂ, ਕਣਕ ਦਾ ਰੇਟ ਨਹੀਂ ਲੱਗਦਾ, ਪਾਣੀ ਦੀ ਬਹੁਤ ਮਹਿੰਗਾ ਹੋ ਗਿਆ, ਬਿਜਲੀ ਕਿਤੇ ਦੀ ਕਿਤੇ ਚਲੀ ਗਈ ਆ, ਕੀ ਕਰੇ ਕਿਸਾਨ? ਚੌਰੀ ਸਾਹਿਬ ਜੇ ਖਾਦ ਮਹਿੰਗੀ ਹੋ ਗਈ ਆ, ਤੁਸੀਂ ਕਲੋਨੀ ਪਾ ਲਓ, ਇੱਥੋਂ ਰਹਿਣ ਦਿਓ ਐਡੇ ਕਣਕ ਦੇ ਜੱਬ ਨੂੰ। ਕਹਿੰਦੇ ਵੀ ਜਿੰਨਾ ਵੀ ਜ਼ਰਾਈ ਰਕਬਾ ਉਹਦੇ ਕਲੋਨੀਆਂ ਹੀ ਬਣਨ ਦਈਆਂ, ਮੈਨੂੰ ਤਾਂ ਲੱਗਦਾ ਇੱਕ ਦਿਨ ਹਰਿਆ ਸੀ ਇੱਟਾਂ ਹੀ ਖਾਣੀਆਂ ਨੇ। ਚਲੋ ਇੱਦਾਂ ਦੀਆਂ ਗੱਲਾਂ ਕਰੋਗੇ, ਇੱਟਾਂ ਹੀ ਖਾਣੀਆਂ ਫਿਰ ਤੁਸੀਂ? ਤੂੰ ਕੰਮ ਕਰ, ਚੱਲ ਵੱਢ ਅਲੀ ਲੱਗ ਨਾਲ ਪੁੱਤਰ। ਦੋ ਦੋ ਬੋਰੇ ਦੇਣੇ ਸਾਨੂੰ ਕਣਕ ਦੇ? ਹਾਂ ਤੁਹਾਨੂੰ ਦੋ ਦੋ ਬੋਰੇ ਦਿਆਂਗਾ, ਉੱਤੇ ਲੈ ਕੇ ਘਰ ਜਾਣਾ। ਧਿਆਨ ਨਾਲ ਧਿਆਨ ਨਾਲ ਅਲੀ ਤੂੰ ਅੱਗੋ ਅੱਗੇ ਕਣਕ ਦੇ ਦਾਣੇ ਦੋ ਪਏ ਉਹ ਚੁੱਕ। ਚੌਰੀ ਖੁਦਾ ਦਾ ਨਾਂ ਲੈਣਾ ਜਾਂ ਪਈ, ਉਹ ਮੈਂ ਕੋਈ ਚਿੜੀ ਆ ਜਾਂ ਮੈਂ ਕੋਈ ਸ਼ਰਕ ਆ ਵੀ ਮੈਂ ਉੱਥੋਂ ਦਾਣਾ ਚੁੱਕ ਲਵਾਂ ਜਿਹੜਾ ਡਿੱਗਿਆ ਵਿੱਚ, ਤੇ ਹੁਣ ਮੈਂ ਕਿੱਦਾਂ ਚੁੱਕਾਂ ਦੱਸੋ ਮੈਨੂੰ। ਨਾ 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 ਨਾ, ਦਾਣਾ ਇੱਧਰ ਉੱਧਰ ਹੋਇਆ ਤੇ ਫਿਰ ਯਕੀਨ ਕਰੋ ਤੁਹਾਡੇ ਦਾਣੇ ਮੁੱਕ ਗਏ ਆ। ਚੌਰੀ ਸਾਹਿਬ ਦਾਣੇ ਉਹਦੇ ਕਮਲੇ ਵੀ ਸਿਆਣੇ। ਚੌਰੀ ਜੀ ਕਿਹੜੀ ਖੁਰਦਬੀਨ ਲੈ ਆਵਾਂ ਮੈਂ ਇੱਕ ਇੱਕ ਦਾਣਾ ਤੁਹਾਡਾ ਚੁੱਕਣ ਵਾਸਤੇ? ਇੱਦਾਂ ਥੋੜ੍ਹਾ ਕੋਈ ਚੌਰੀ ਆਉਂਦਾ ਆ ਵੀ ਦਾਣਾ ਡਿੱਗ ਪਿਆ ਆ? ਚੱਲ ਗਾਂ ਹੋ ਜਾ, ਵੱਢ ਲਾ ਭੋਰਾ ਕਣਕ। ਗੋਗੇ ਵੱਢਣ ਡਏ ਆ ਚੌਰੀ ਜੀ, ਵੱਢਣ ਡਏ। ਉਹ ਤੂੰ ਜਾ ਕੇ ਨਾ ਭੇਡਾਂ ਨੂੰ ਪੱਠੇ ਪੁੱਠੇ ਪਾ ਪੁੱਤ, ਹੈਂ ਟੋਪੀ ਤੂੰ ਇੰਜ ਪਾਈ ਆ, ਤੂੰ ਕਣਕ 'ਚ ਗੋਲ ਖੇਡਦੇ ਆ ਤਾਂ ਆਂਦੀ ਨਹੀਂ ਦੌੜ ਨਹੀਂ ਪਤਾ ਲੱਗ ਗਿਆ। ਹਾਂ ਗੋਗੇ ਧਿਆਨ ਕਰ, ਗੋਗੇ ਬਿਸਮਿਲਾ ਜਾਓ ਜਾਓ ਉੱਥੇ। ਗੋਗੇ ਦਾਣੇ ਦੋ, ਦਾਣੇ ਦਾਣੇ ਉਹ ਵੇਖ ਚੌਰੀ ਜੀ, ਇਹ ਮਰੱਬਿਆਂ ਦਾ ਮਾਲਕ ਕਿਹੜਾ ਦਾਣੇ ਦਾਣੇ ਦਾ ਖਿਆਲ ਕਰਦਾ ਆ ਚੌਰੀ ਸਾਹਿਬ? ਹੁਣ ਮੈਂ ਕਿੱਦਾਂ ਇੱਕ ਦਾਣੇ ਦਾ ਮੈਂ ਕਿੱਦਾਂ ਖਿਆਲ ਕਰਾਂ ਮੈਨੂੰ ਦੱਸੋ? ਉਹ ਦਾਣੇ ਦਾ ਖਿਆਲ ਕਰੇਗਾ ਕੋਈ, ਤੁਹਾਡੇ ਵੀ ਚਾਰ ਦਾਣੇ ਬਣ ਜਾਣਗੇ ਜੇ ਤੁਸੀਂ ਇੱਦਾਂ ਹੀ ਨੁਕਸਾਨ ਕਰਦੇ ਰਹੇ। ਇੱਕ ਦਿਨ ਹੋਣਾ ਮੈਂ ਵਾਢੀਆਂ ਕਰਨੀਆਂ ਤੇ ਤੁਸੀਂ ਚੌਰੀ ਬਣ ਜਾਣਾ, ਇਨਸ਼ਾਅੱਲਾ। ਇਨਸ਼ਾਅੱਲਾ ਚੱਲ ਗਾਓ ਡੈਡੀ ਕਹਿੰਦਾ ਇਨਸ਼ਾਅੱਲਾ। ਚੌਰੀ ਜੀ ਕੋਈ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰੋ ਨਾ, ਸਾਨੂੰ ਨਾ ਭੁੱਖ ਲੱਗੀ ਆ ਹੁਣ। ਉਹ ਰੋਟੀ ਅੱਜ ਮੈਂ ਤੁਹਾਨੂੰ ਬੱਕਰੇ ਨਾਲ ਖਵਾਉਣੀ ਆ। ਅੱਛਾ ਜੀ, ਮਿਹਰਬਾਨੀ ਚੌਰੀ ਜੀ, ਮਿਹਰਬਾਨੀ। ਚੌਰੀ ਨੂੰ ਤੁਸੀਂ ਕਿਤੇ ਐਵੇਂ ਸਮਝਿਆ ਗੋਗੇ?
ਦਾਣਾ ਹੀ ਆਹ ਉਹ ਤੁਰ ਪਿਆ ਬੜੇ ਨੂੰ ਦਾਣਾ ਉਹ ਡੋਰੀ ਸਾਹਿਬ ਉਹ ਦਾਣਾ ਆ ਕਿ ਬਟੇਰਾ ਆ ਜਿਹੜਾ ਗਾਂ ਤੁਰ ਪਿਆ ਨਹੀਂ ਕਾਕਾ ਇੱਕ ਇੱਕ ਦਾਣਾ ਜਿਹੜਾ ਨਾ ਜੇਬ 'ਚ ਪਾਈ ਜਾ ਸ਼ਾਮ ਨੂੰ ਸਾਈਡ ਵਾਲੀ ਜੇਬ 'ਚ ਤੇਰੇ ਕਿਲੋ ਆਟਾ ਪੈ ਹੀ ਜਾਣਾ ਦਾਣੇ ਦਾ ਨਹੀਂ ਛਿੱਟਾ ਬਾਅਦ 'ਚ ਜਦੋਂ ਕਣਕ ਵੱਢੀ ਜਾਊਗੀ ਉਹ ਛਿੱਟਾ ਛਿੱਟਾ ਬੁੜੀਆਂ ਪਿੰਡ ਦੀਆਂ ਚੁੱਕ ਲੈਂਦੀਆਂ ਹੁੰਦੀਆਂ ਵਾ ਇੰਜ ਇੰਜ ਨਾ ਜ਼ੁਲਮ ਕਰੋ ਲੋਕਾਂ ਦੇ ਉਹ ਦਿਨ ਗਾਇਆ ਗੋਗਿਆ ਮਹਿੰਗਾਈ ਬਹੁਤ ਹੋ ਗਈ ਆ ਹੁਣ ਨਹੀਂ ਉਹ ਪੂਰਾ ਪੈਨ ਦਿਆ ਐਵੇਂ ਨਾਂ ਦੇ ਹੀ ਚੌੜੀਆਂ ਸਫੈਦ ਪੋਸ਼ੀ ਆ ਨਾਮ ਦੇ ਚੌੜੀਆਂ ਤੇ ਤੁਹਾਡੀਆਂ ਕਰਤੂਤਾਂ ਦਾ ਲੱਗਣ ਡਿਆ ਆ ਆਹ ਵੱਢ ਕੇ ਨਾ ਕਿੱਲਾ ਅਸੀਂ ਹਾਂ ਤੇ ਇਹਦੇ ਅਸੀਂ ਨਾ ਹੁਣ 10 ਮਣ ਦਾਣੇ ਜਿਹੜੇ ਆ ਨਾ ਸਾਡੇ ਪੱਕੇ ਹੋ ਜਾਣੇ ਤੇ ਆਹ ਜਿਹੜੀ ਵੱਢੀ ਇਹਦੇ ਕਿ ਦਾਣੇ ਕਿੱਥੇ ਰੱਖੇ ਜੇ ਇਹ ਅਸੀਂ ਸਟੋਰ 'ਚ ਰੱਖੇ ਆ ਤੇ ਉਹ ਮੁੰਡੇ ਲੱਗੇ ਆ ਉਹਨਾਂ ਨੂੰ ਭਰਾਈ ਕਰਨ ਵਾਸਤੇ ਬੋਰੇ ਤਲਾਈਆਂ ਕਰਕੇ ਆਹੋ ਚੱਲ ਠੀਕ ਆ ਗਾਂ ਹੋ ਤੇ ਕੋਈ ਮਾੜਾ ਜਿਹਾ ਮੁੰਡੇ ਨੂੰ ਆਖਣਾ ਸੀ ਪਿੱਛੋਂ ਕੋਈ ਸ਼ਰਬਤ ਸ਼ੁਰਬਤ ਭੇਜ ਦਿੰਦਾ ਸਾਨੂੰ ਓਏ ਸ਼ਰਬਤ ਤੂੰ ਜੇਲ੍ਹ 'ਚ ਹੈ ਸ਼ਰਬਤ ਭੇਜ ਦਿੰਦਾ ਕੰਮ ਕਰ ਉੱਥੇ ਜਾ ਕੇ ਖਾਣੇ ਤੇਰੇ ਦਾ ਬੱਕਰੇ ਨਾਲ ਰੋਟੀ ਅੱਜ ਉਹ ਚਲੋ ਬੱਕਰੇ ਨਾਲ ਤੇ ਰੋਟੀ ਖਾਣੀ ਆ ਤੁਹਾਡੀ ਮਿਹਰਬਾਨੀ ਹੁਣ ਪਿਆਸ ਨਾ ਮਰਜੀ ਆ ਅਸੀਂ ਇੱਥੇ ਹੁਣ ਤਾਜ਼ਾ ਪਾਣੀ ਆਉਂਦਾ ਹੀ ਹੋ ਗਿਆ ਠੰਡਾ ਪੀ ਪਾਣੀ ਤਾਜ਼ਾ ਜ਼ਿਮੀਦਾਰ ਵਾਲਾ ਪਾਣੀ ਕਿੱਦਾਂ ਪੀ ਲਈਏ ਅਸੀਂ ਆਪਾਂ ਵੇਖ ਤੇ ਸਹੀ ਹੋ ਗਿਆ ਤਾਜ਼ਾ ਕੀਰ ਕਾਣਾ ਪਾਣੀ ਮੈਂ ਆਪ ਇੱਥੋਂ ਪੀਣਾ ਆ ਵੇਖ ਤੇ ਸਹੀ ਐਸਾ ਤੇ ਇਹਦੇ 'ਚ ਤੇ ਕੁਦਰਤੀ ਮੈਨੂਅਲ ਇੰਨੇ ਰਲੇ ਹੁੰਦੇ ਆ ਮੈਨੂਅਲ ਕੀ ਕਹਿੰਦੇ ਮਿਨਰਲ ਹਾਂ ਮਿਨਰਲ ਹੁੰਦੇ ਆ ਪਰ ਚੋਰੀ ਜੀ ਕੋਈ ਖਰਾਬ ਖਰਾਬ ਕਰੋ ਉੱਥੇ ਇੱਕ ਮੁੰਡੇ ਨੂੰ ਆਖੋ ਉਮਰ ਨੂੰ ਆਖੋ ਕਿ ਸਾਨੂੰ ਇੱਕ ਜੱਗ ਸ਼ਰਬਤ ਦਾ ਬਣਾ ਕੇ ਭੇਜ ਦੇ ਜਿਹੜਾ ਸਾਡੀ ਨਸੀਬ ਆ ਜੇ ਤੂਰ ਹੋ ਜਾ ਖੋਲਣਾ ਵਾ ਉਹ ਜੇ ਲੰਘੇ ਉਹਵੇਂ ਬੱਦਲ ਚੜੇ ਗੋਗਿਆ ਵੇਖ ਤੇ ਸਹੀ ਉਹ ਚੋਰੀ ਜੀ ਗੱਲ ਇਹ ਆ ਵੀ ਅਸੀਂ ਹੁਣ ਕੰਮ ਕਰਨ ਹੀ ਰਹੇ ਹਾਂ ਨਾ ਤੇ ਪਿਆਸ ਅਸੀਂ ਬੰਦੇ ਆ ਕੋਈ ਜਾਨਵਰ ਥੋੜ੍ਹਾ ਵਾ ਵੀ ਅਸੀਂ ਹੁਣ ਡਟੇ ਰਹੀਏ ਹੱਥ ਲਾ ਕੇ ਕਿੰਨਾ ਠੰਡਾ ਪਾਣੀ ਲੱਗਦਾ ਕਿੱਥੋਂ ਕੁਦਰਤੀ ਬਰਫ਼ ਪਾਈ ਕਿਸੇ ਨੇ ਤੁਸੀਂ ਦਸਾਂ ਦੀ ਬਰਫ਼ ਤੋਂ ਨਾ ਸਿਰਫ ਖਾਲੇ ਦੇ ਪਾਣੀ ਨੂੰ ਕਹੀ ਜਾਂਦੇ ਹਾਂ ਵੀ ਵਧੀਆ ਹੋ ਗਿਆ ਵਧੀਆ ਪਾਣੀ ਆ ਯਾਰ ਇਹਨੂੰ ਕੀ ਹੋਇਆ ਇੰਨਾ ਪੈਸਾ ਚੋਰੀ ਸਾਹਿਬ ਕਿੱਥੇ ਲੈ ਜਾਣਾ ਇੰਨੀਆਂ ਕੰਜੂਸੀਆਂ ਚੰਗੀਆਂ ਨਹੀਂ ਹੁੰਦਾ ਨੌ ਵੀ ਲਾ ਲੈਣੇ ਜੇ ਮਰਿਆਂ ਦੇ ਅਗਲਿਆਂ ਨੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਹਾਡੀ ਕਿਹੜੀ ਸ਼ੈ ਲਾ ਲਈ ਆ ਉਹਨਾਂ ਨੇ ਆਹੋ ਤੂੰ ਤਾਂ ਬਾਂਹ ਫੜ ਲੈਣੀ ਜਦੋਂ ਤੇਰਾ ਲਾਉਣਾ ਉਹਨਾਂ ਨੇ ਇੰਨਾ ਇੱਥੇ ਹੀ ਰਹਿ ਜਾਣਾ ਵਾ ਇਹ ਦਾਣਾ ਨਾ ਇੱਥੇ ਰਵੇ ਮੈਂ ਤੁਹਾਨੂੰ ਦੱਸ ਅੜੀ ਤੂੰ ਹੋਈ ਤਾਂ ਨਾ ਕਰ ਚੱਲ ਮੇਰਾ ਪੁੱਤ ਪੀਲਾ ਪਾਣੀ ਤੇ ਸ਼ੁਰੂ ਹੋ ਜਾ ਕੰਮ ਤੇ ਚੋਰੀ ਇਹ ਜ਼ੁਲਮ ਆ ਤੁਸੀਂ ਉੱਥੇ ਮਾੜਾ ਜਿਹਾ ਮਾਸਾ ਫੋਨ ਕਰ ਦਿਓ ਉਮਰ ਨੂੰ ਉਹ ਸਾਨੂੰ ਨਾ ਉਹ ਸ਼ਿਕੰਜੀ ਵੀ ਬਣਾ ਕੇ ਭੇਜ ਦੇਵੇ ਮਾਸਾ ਹੀ ਉੱਥੋਂ ਨਾ ਪੀ ਕੇ ਹੀ ਆਉਣਾ ਆਹੋ ਨਾਲੇ ਮੈਨੂੰ ਕਣਕ ਵਹਾਓ ਕਿੱਥੇ ਰੱਖੀ ਜੇ ਅਤੇ ਧਿਆਨ ਨਾਲ ਕੰਮ ਕਰਿਆ ਕਰੋ ਬਾਬਲ ਚਾਹ ਤੇਰਾ ਗਿਆ ਸੀ ਸਹੁਰੇ ਆ ਗਿਆ ਕਿ ਨਹੀਂ ਵਾਪਸ ਮਾਪਿਆਂ ਤੇ ਗਈ ਸੀ ਆਹੋ ਚੋਰੀ ਸਾਹਿਬ ਲਿਆਉਣ ਜਾ ਉਹਨੂੰ ਆਖਿਆ ਸੀ ਵੀ ਦੋ ਚਾਰ ਦਿਨ ਕੱਢ ਆਵੇ ਫਿਰ ਈਦ ਦੇ ਲਾ ਤੇਰੀ ਭਤੀਜੀ ਨਹੀਂ ਤੇਰੀ ਆ ਉਹ ਕਿੱਦਾਂ ਚਲੀ ਜਾ ਵੀ ਇਹ ਨਹੀਂ ਵੀ ਚੋਰੀ ਨਾਲ ਆ ਵੀ ਉਹਦੇ ਸਿਰ ਤੇ ਛਤਰੀ ਰੱਖ ਦਈਏ ਸੀ ਚਲੋ ਤੁਸੀਂ ਸਾਡੇ ਨਾਲ ਦੋ ਅਸੀਂ ਵੀ ਅਸੀਂ ਬੰਦੇ ਹੀ ਆ ਅਸੀਂ ਕਿਹੜਾ ਆਜੋ ਥੱਲੇ ਆਜੋ ਟੈਡੀ ਤੂੰ ਵੀ ਆ ਜਾ ਬਾਰਿਸ਼ੋਂ ਬਗੈਰ ਹੀ ਤੁਸੀਂ ਛਤਰੀ ਲਈ ਆ ਵੀ ਜਦੋਂ ਮੈਂ ਨਿਕਲਿਆ ਤੇ ਧੁੱਪ ਸੀ ਬੱਦਲ ਤੇ ਚੜੇ ਅਚਾਨਕ ਮੇਰਾ ਤੈਨੂੰ ਪਤਾ ਰੰਗ ਨਾ ਖਰਾਬ ਹੋ ਜਾਂਦਾ ਚੋਰੀ ਜੀ ਉਹ ਨਾ ਮੈਨੂੰ ਨਾ ਦੇਸੀ ਘਿਓ ਚਾਹੀਦਾ 2 ਕਿਲੋ ਨਾ ਕੀ ਛਿਲਾ ਪੈਣਾ ਬਾਹੋਂ ਤੁਸੀਂ ਚਾਹੀਦਾ ਜਾਂ ਘਰ ਨਾ 2 ਕਿਲੋ ਘਿਓ ਚਾਹੀਦਾ ਦੇਸੀ ਚਲੋ ਆਹ ਕਣਕਾਂ ਵੱਢੋ ਤੁਹਾਨੂੰ ਦੇ ਦੇਣਾ 2 ਕਿਲੋ ਦੇਸੀ ਘਿਓ ਕਿਹੜਾ ਰੌਲਾ ਐਡਾ ਪੈਸੇ ਹੀ ਕੱਟਣੇ ਮੈਂ ਵਿੱਚੋਂ ਮੇਰੇ ਵੱਲੋਂ ਪਾਉਂਦੇ 1 ਕਿਲੋ ਲਾਇਆ ਇਹ ਤਾਂ ਗੱਲ ਕੋਈ ਨਹੀਂ ਵੀ ਅਸੀਂ ਮਾਸਾ ਜੇ ਦੁੱਧ ਲੈ ਲੈਂਦੇ ਤੁਸੀਂ ਉਹਦੇ ਪੈਸੇ ਕੱਟ ਲੈਂਦੇ ਜੇ ਕੋਈ ਘਿਓ ਮਾਸਾ ਲੈ ਲਈਏ ਉਹਦੇ ਵੀ ਕਿਹੜਾ ਚੋਰੀ ਦੁਨੀਆਂ ਦਾ ਜਿਹੜਾ ਕਾਮਿਆਂ ਦੇ ਇੰਨੀ ਸਖਤੀ ਕਰਦਾ ਆ ਅਤੇ ਜਦੋਂ ਤੂੰ ਦੁੱਧ ਪੀਣ ਤੋਂ ਬਾਅਦ ਉੱਥੇ ਧਾਰਾਂ ਲੈ ਲੈਣਾ ਮੈਂ ਕਦੀ ਕੱਟੇ ਪੈਸੇ ਧਾਰਾਂ ਕਿੰਨੀਆਂ ਕਿਤੇ ਲੈ ਲੈਂਦਾ ਆ ਮੈਂ ਚੱਲ ਆ ਤੈਨੂੰ ਉੱਥੇ ਮੈਂ ਪਿਆਉਂਦਾ 2-4 ਦਿਨ ਲੱਗ ਜਾਣੇ ਆ ਉਹ ਤੋਕੜ ਮੱਝ ਜਿਹੜੀ ਸੂ ਪਈ ਆ ਉਹਦਾ ਘਿਓ ਤੈਨੂੰ ਮੈਂ ਦੇਣਾ ਉਹ ਜਿਹੜੀ ਹੈ ਹੀ ਤੋਕੜਿਆ ਉਹਦੇ ਦੁੱਧ ਦਿੰਦੀ ਨਹੀਂ ਹੁੰਦੀ ਅਤੇ ਉਹਦੇ 'ਚੋਂ ਮੈਂ ਕੀ ਕਿਹੜਾ ਘਿਓ ਲੈ ਲੈ ਵੇਖ ਲਾ ਗੋਗੇ ਬਾਰਿਸ਼ਾਂ ਨੇ ਕੀ ਲੰਮੇ ਪਾਈਆਂ ਕਣਕਾਂ ਐਤਕੀ ਹੈਂ ਇਹ ਅਸੀਂ ਨੇਕ ਕੰਮ ਕਰੀਏ ਕੋਈ ਰੱਬ ਵੀ ਸਾਡੇ 'ਤੇ ਖੁਸ਼ ਹੋਵੇ ਇਹ ਤੁਸੀਂ ਕਰੋ ਨੇਕ ਜਿਨ੍ਹਾਂ ਦੀਆਂ ਫਸਲਾਂ ਵਾ ਸਾਨੂੰ ਕਿਹੜੀ ਲੋੜ ਪਈ ਉਹ ਤੂੰ ਰੱਬ ਦਾ ਬੰਦਾ ਨਹੀਂ ਆ ਮੈਂ ਤੁਸੀਂ ਜਦੋਂ ਜ਼ੁਲਮ ਕਰਨਾ ਆ ਮਜ਼ਦੂਰ ਦੀ ਮਜ਼ਦੂਰੀ ਪੂਰੀ ਨਹੀਂ ਦੇਣੀ ਤਾਂ ਫਿਰ ਅੱਲਾ ਨਾਰਾਜ਼ ਹੀ ਹੋਣਾ ਆ ਮਜ਼ਦੂਰੀ ਕਿਉਂ ਨਹੀਂ ਤੈਨੂੰ ਪੂਰੀ 25 ਮਾਣ ਕਣਕ ਸਾਡੀ ਕਿੱਲੇ ਦੀ ਬਣਦੀ ਆ ਪਹਿਲੇ ਬਣਦੀ ਹੁੰਦੀ ਹੁਣ ਨਹੀਂ ਆ ਵੇਖ ਲਓ ਤੁਸੀਂ ਹੁਣ ਬੋਨੀਆਂ ਵੱਢਦੇ ਆ ਅਸੀਂ ਓਏ ਅੱਧਾ ਕੰਮ ਤੇ ਹੁਣ ਥ੍ਰੈਸ਼ਰ ਕਰਦਾ ਤੁਸੀਂ ਕੀ ਕਰਦੇ ਹੋ ਨਹੀਂ ਤੇ ਜਿਵੇਂ ਦੀਆਂ ਲੰਮੀਆਂ ਕਿਦਾਂ ਇਹ ਖਰਾਬ ਤਾਂ ਨਹੀਂ ਹੋਈ ਖਰਾਬ ਹੋ ਜਾਂਦੀ ਹੈ ਵਿੱਚੋਂ ਕੱਟ ਨਿਕਲਦੀ ਹੈ ਕੱਟ ਨਿਕਲੂਗੀ ਉਹ ਡਿਪੈਂਡ ਕਰਦਾ ਨਾ ਕੀ ਸਿਚੁਏਸ਼ਨ ਹੈ ਉਹ ਉਧਰਲੀ ਸਹੀ ਹੈ ਜਿਹਦੇ ਬੰਦੇ ਦੀ ਹੈ ਹਨਾ ਜ਼ਮੀਨ ਉਹ ਕਰ ਸਕਦਾ ਆ ਉਧਰੋਂ ਇਧਰੋਂ ਵੱਡੀ ਪਈ ਹੈ ਸਾਰੀ ਇਹ ਤਾਂ ਹੱਥ ਨਾਲ ਲੱਗੇ ਪਏ ਕੰਬਾਈਨਾਂ ਨਾਲ ਅੱਜ ਕੱਲ੍ਹ ਤਾਂ ਮਿੰਟ ਲੱਗਦਾ ਤੇ ਰੱਬ ਨੇ ਮਿਹਰ ਕੀਤੀ ਆ ਚੋਰੀ ਸਾਹਿਬ ਤੁਹਾਡੇ ਤੇ ਜ਼ੁਲਮ ਹੀ
ਬਾਰਿਸ਼ਾਂ ਨਾ ਹੁੰਦੀਆਂ ਫਸਲਾਂ ਲੰਮੇ ਨਾ ਪੈਂਦੀਆਂ ਤੇ ਵਾਢੇ ਕਿੱਥੇ ਲੱਗਣੇ ਸੀ ਅੱਗੇ ਤੁਹਾਨੂੰ ਆਉਂਦੀਆਂ ਡੈਡੀ ਗੱਲਾਂ ਮੈਂ ਰਾਤ ਨੂੰ ਯਕੀਨ ਕਰ ਇੱਕ ਇੱਕ ਦਾਣਾ ਚੈੱਕ ਕਰਕੇ ਸੌਂਦਾ ਵਾਂ ਮੈਂ ਫਿਰਨਾ ਕਣਕਾਂ ਦੇ ਵਿੱਚ चार खा मेन कोई रौला नहीं आवे एदी बायोगैस बनदी तुहानू पता चौरी जी बायोगैस भी बनदी आ ते ए ते पिंडा ही प्लांट लाए होण ते गैस मुके कू दुनिया ते ए चौरी साहब ਜਿਹੜੀ ਜਰਈ ਯੂਨੀਵਰਸਿਟੀ ਨਹੀਂ ਫੈਸਲਾਬਾਦ ਆਹੋ ਆਹੋ ਉੱਥੇ ਵੀਸ ਵਾਈਸ ਚਾਂਸਲਰ ਆ ਡਾਕਟਰ ਅਕਰਾਰ ਸਾਹਿਬ ਪਹਿਲੇ ਵੀ ਰਹੇ ਆ ਪਹਿਲੇ ਬੜਾ ਸੋਹਣਾ ਕੰਮ ਕਰਨ ਡੇ ਬਾਇਓਗੈਸ ਦਾ ਵੀ ਉੱਥੇ ਪਲਾਂਟ ਲੱਗਾ ਆ ਫੈਸਲਾਬਾਦ ਦੀ ਜਰਈ ਯੂਨੀਵਰਸਿਟੀ ਆ ਨਾ ਜਿਹੜੀ ਹਾਂਜੀ ਏਸ਼ੀਆ 'ਚ ਸਭ ਤੋਂ ਵੱਡੀ ਆ ਹਾਂਜੀ ਮੈਨੂੰ ਕੋ ਦੱਸਦਾ ਮੈਨੂੰ ਅੱਗੋਂ ਕੋ ਦੱਸਦਾ ਸਾਹਿਬ ਜੀ ਉਹ ਬਾਇਓਗੈਸ ਲੱਗੀ ਆ ਅਤੇ ਉੱਥੇ ਉਹਨਾਂ ਦਾ ਸੈਕਟਰੀ ਨਹੀਂ ਤਸੱਦਕ ਜੀ ਤਸੱਦਕ ਪੁਰਾਣਾ ਬੜਾ ਸੋਹਣਾ ਕੰਮ ਕਰਨ ਡਿਆ ਉਹ ਮੁੰਡਾ ਚੰਗਾ ਵਾ ਆਏ ਗਿਆ ਜੀ ਹਜ਼ਾ ਵੀ ਕਰਦਾ ਹਾਂਜੀ ਕਰਨਾ ਚਾਹੀਦਾ ਵਾ ਕੁਰਸੀ ਤੇ ਬਹਿ ਕੇ ਯਾਲਮ ਨਹੀਂ ਬਣਨਾ ਚਾਹੀਦਾ ਨਹੀਂ ਉਹ ਜੀ ਸਾਡੇ ਨਾਲ ਭਲਾ ਕਰਦੇ ਜੀ ਉਹ ਬੜੇ ਚੰਗੇ ਆ ਖਾਦ ਖੂਦ ਲੈਣ ਜਾਈਏ ਨਾ ਅਸੀਂ ਕੋਈ ਟੋਟਕਾ ਪੁੱਛਣ ਜਾਈਏ ਜਰੈਤ ਬਾਰੇ ਤੇ ਉਹ ਸਾਨੂੰ ਬਣਾ ਕੇ ਦੱਸਦਾ ਆ ਵੀ ਜੇ ਸਾਨੂੰ ਬਿਜਲੀ ਦਾ ਚਾਹੀਦਾ ਸੀ ਨਾ ਇੱਥੇ ਜੋ ਟਰਾਂਸਫਾਰਮਰ ਲਾਉਣਾ ਸੀ ਤੇ ਉਹ ਮੈਨੂੰ ਮੁਨਸ਼ੀ ਨੇ ਆਖਿਆ ਵੀ ਤੇਰਾ ਕੋਈ ਵਾਕਫ ਹੈਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਪਾਵਰ ਹਾਊਸ ਨਾ ਅਕਰਾਮ ਸਾਹਿਬ ਹੈਗੇ ਐਕਸੀਨ ਫਿਰ ਉਹਨਾਂ ਨੇ ਫਿਰ ਅਸੀਂ ਕਹਿ ਕੇ ਤੇ ਟਰਾਂਸਫਾਰਮ ਲਵਾਇਆ ਅਕਰਾਮ ਸਾਹਿਬ ਵੀ ਚੰਗੇ ਬੰਦੇ ਆ ਬੰਦੇ ਸਾਰੇ ਹੀ ਚੰਗੇ ਹੁੰਦੇ ਆ ਬਸ ਨੀਤਾਂ ਗੰਦੀਆਂ ਹੋ ਜਾਂਦੀਆਂ ਚੋਰੀ ਅੱਜ ਗੈਟ ਵਧੀਆ ਲੈ ਜਾਂਦਾ ਅੱਜ ਤੁਸੀਂ ਬੱਕਰੇ ਨਾਲ ਰੋਟੀ ਖਵਾਉਣੀ ਹੈ ਹਾਂ ਬੱਕਰੇ ਨਾਲ ਖਵਾਉਣੀ ਆ ਅਜੇ ਤਾਂ ਕਣਕਾਂ ਬੱਕਰੇ ਦੇ ਨਾਲ ਬਿਠਾ ਕੇ ਖਵਾਉਣੀ ਹੈ ਇੱਕ ਪਾਸੇ ਬੱਕਰਾ ਬੈਠਾ ਹੋਣਾ ਇੱਕ ਪਾਸੇ ਜਦੋਂ ਵਿਸਾਖੀ ਦਾ ਮੇਲਾ ਆਉਂਦਾ ਜ਼ਿਮੀਦਾਰ ਤੇ ਖੁਸ਼ ਹੁੰਦਾ ਜੀ ਫਿਰ ਢੋਲੇ ਮਾਈਏ ਗਾਉਂਦਾ ਆ ਹਾਂਜੀ ਤੇ ਤੁਸੀਂ ਸੁਣਾ ਦਿਓ ਸਾਨੂੰ ਤੇ ਸਾਡੀ ਤੇ ਆਵਾਜ਼ ਨਹੀਂ ਉਂਝਦੀ ਹੈਗੀ ਚਲੋ ਮੈਂ ਤੁਹਾਨੂੰ ਸੁਣਾ ਦਿੰਦਾ ਵਾ ਅੱਛਾ ਉੱਥੇ ਨਹੀਂ ਦੱਸਣਾ ਕਿਸੇ ਵਿੱਚ ਨਹੀਂ ਮੈਂ ਨਹੀਂ ਦੱਸਾਂ ਅਸੀਂ ਪਾਗਲੇ ਆਈਏ ਅਸੀਂ ਕਿਸੇ ਨੂੰ ਦੱਸਣਾ ਇੱਧਰ ਧਿਆਨ ਰੱਖੀ ਮੈਨੂੰ ਖੰਘ ਦੀ ਜਦੋਂ ਕੋ ਆਵੇ ਬਾਜ਼ਾਰ ਬਕੇ ਦੀਆਂ ਘਣੀਆਂ ਬਾਜ਼ਾਰ ਬਕੇ ਦੀਆਂ ਘਣੀਆਂ ਇਸ਼ਕੇ ਦੀਆਂ ਝੋਟਾਂ ਬੁਰੀਆਂ ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀ ਚੋਰੀ ਅੱਜ ਬੱਕਰੇ ਵੀ ਨਾ ਬੱਕਰੇ ਦੇ ਨਾਲ ਰੋਟੀ ਖਾਣ ਦੀ ਸਾਨੂੰ ਬੜਾ ਨਾ ਖੁਸ਼ੀ ਚੜੀ ਆ ਮੇਰੇ ਕੋਲ ਕਿਤੇ ਕਾਪੀ ਹੁੰਦੀ ਨਾ ਨੋਟਾਂ ਦੀ ਤੇ ਮੈਂ ਤੁਹਾਡੇ ਉੱਤੋਂ ਸੁੱਟ ਦੇਣੀ ਤੂੰ ਕੌਣ ਹੁੰਦਾ ਤਾਂ ਉੱਤੇ ਨੋਟ ਸੁੱਟਣ ਵਾਲਾ ਤੁਹਾਡੇ ਤਾਂ ਸੁੱਟਾਂ ਮੈਂ ਗੱਲ ਕਰਦਾ ਜੀ ਉਹ ਬੰਦਾ ਜਦੋਂ ਚਾਹ ਚੜ੍ਹਦਾ ਆ ਨਾ ਫਿਰ ਬੰਦਾ ਸੁੱਟਦਾ ਹੀ ਆ ਤੂੰ ਸਮਝਿਆ ਕੀ ਆ ਕੁਛ ਵੀ ਨਹੀਂ ਇਹ ਕੀ ਹੈਂ ਕੁਛ ਨਹੀਂ ਚੌਰੀ ਸਮਝਦੇ ਆ ਜੀ ਇਹੀ ਜ਼ਰੂਰਤ ਹੈ ਚੌਰੀ ਤੇ ਟੋਟ ਸੁੱਟੇ ਲਓ ਜੀ ਆਹ ਤਾਂ ਕੰਮ ਤੁਸੀਂ ਚੰਗਾ ਕਰਤਾ ਚੌਰੀ ਆ ਸਟੋਰ ਤੋਂ ਲਾ ਕੇ ਤੇ ਕਣਕ ਦੀ ਭਰਾਈ ਰਹੇ ਆ ਮੁੰਡੇ ਕਰਨ ਹਾਂ ਤੇ ਕੰਡਾ ਕਿੱਥੇ ਪੂਰੀ ਤੋਲੀ ਆ ਨਾ ਪੂਰੀ ਤੋਲ ਕੇ ਜੀ ਭਰ ਕੇ ਤੋਲ ਮੈਂ ਕਹਿੰਦਾ ਜੀ ਘੱਟ ਤੋਲਾਂਗੇ ਤੇ ਆ ਲਈ ਕਣਕ ਸਹੀ ਤੋਲ ਗਏ ਪੂਰੀ ਪੂਰੀ ਮੈਂ ਕਹਿੰਦਾ ਚੋਰੀ ਜੀ ਅਸੀਂ ਘੱਟ ਤੋਲਾਂਗੇ ਤੇ ਆਖਰਤ ਤੇ ਤੁਹਾਨੂੰ ਹੀ ਪੁੱਛਣਾ ਉਹਨਾਂ ਨੇ ਆਖਰਤ ਤੇ ਮੈਨੂੰ ਪੁੱਛਣਾ ਉਹਨਾਂ ਨੇ ਉਹ ਵੀ ਜਿਹੜਾ ਵਿੱਚ ਜ਼ਿਮੀਦਾਰ ਹੁੰਦਾ ਉਹਦੀ ਇੱਕ ਦਾਣਾ ਵੀ ਨਹੀਂ ਘੱਟਦਾ ਤੋਲ ਇੰਨੇ ਮੁਰੱਬੇ ਤੁਹਾਡੇ ਮੈਨੂੰ ਗੱਲ ਦੀ ਸਮਝ ਨਹੀਂ ਲੱਗਦੀ ਵੀ ਤੁਸੀਂ ਦਾਣੇ ਤੋਂ ਮਰੀ ਜਾਣ ਡੇ ਜੇ ਦਾਣਾ ਨਾ ਗਾਇਬ ਹੋ ਜਾਏ ਕਾਕਾ ਦਾਣੇ ਦਾਣੇ ਨਾਲ ਹੀ ਦਰਿਆ ਬਣਦਾ ਚੋਰੀ ਸਾਹਿਬ ਕਤਰੇ ਕਤਰੇ ਨਾਲ ਤੇ ਸੁਣਿਆ ਵਾ ਤੁਸੀਂ ਆ ਕਣਕ ਨਾਲ ਹੀ ਦਰਿਆ ਬਣਾਉਣ ਡੇ ਜੀ ਇਹ ਦਰਿਆ ਹੀ ਹੁੰਦਾ ਵਾ ਆਹ ਕਣਕ ਦੇ ਕੱਪੜਾ ਪਾ ਤਾ ਸੌ ਗਈ ਆ ਨਹੀਂ ਆ ਮੀਂਹ ਕਣੀ ਦਾ ਟਾਈਮ ਸੀ ਨਾ ਵੀ ਅਸੀਂ ਜਰਾ ਮਾੜਾ ਜਿਹਾ ਉੱਤੇ ਢੱਕ ਢਕਾਈਆ ਕਰਤਾ ਆ ਥੱਲੋਂ ਪਾ ਕੇ ਚਾਰ ਦਾਣੇ ਕੱਢ ਤਾ ਸਹੀ ਜਰਾ ਇਹ ਜੋ ਥੋੜ੍ਹੇ ਜਿਹੇ ਭਿਆ ਕੇ ਵੀ ਲਿਆਓ ਉੱਥੋਂ ਹੈ ਮਾਸੀ ਨਹੀਂ ਜਿਹੜੀ ਭੱਠੀ ਤੋਂ ਆਉਂਦੀ ਵੇਖੋ ਜੀ ਸਾਹਿਬ ਕਣਕ ਜਿਹੜੀ ਆ ਨਾ ਨਹੀਂ ਕਣਕ ਸ਼ੁਕਰ ਗੋਗੇ ਆ ਦਾਣੇ ਥੱਲੇ ਨਾ ਸੁੱਟ ਸ਼ੁਕਰ ਆ ਅੱਲਾ ਦਾ ਫੇਰ ਵੀ ਬਾਰਿਸ਼ਾਂ ਬੁਰਸ਼ਾਂ ਰੁਕ ਗਈਆਂ ਨਹੀਂ ਤਾਂ ਆਵੇ ਬਿਜਲੀ ਲਿਸ਼ਕ ਰਹੀ ਆ ਭਰਾਈ ਕਰਤੀ ਜੇ ਸਾਰੀ ਜਿਹੜੇ ਨਾ ਸਟੋਰੇ ਪਈ ਜੇ ਕਣਕ ਤੇ ਆ ਬਣ ਕੇ ਕੁਛ ਆ ਕਣਕ ਪਈ ਜੇ ਕੁਛ ਉੱਧਰ ਪਈ ਆ ਚਲੋ ਠੀਕ ਆ ਠੀਕ ਆ
ਭੁੱਖ ਲੱਗੀ ਆ ਤੇ ਅਸੀਂ ਹੁਣ ਉਤੋਂ ਮੀਂਹ ਕਣੀ ਦਾ ਟਾਈਮ ਹੋਇਆ ਆ ਤੇ ਮਾੜਾ ਜਿਹਾ ਹੁਣ ਬੱਕਰੇ ਦਾ ਸਾਨੂੰ ਨਾ ਚਾਹ ਚੜਿਆ ਹੁਣ ਬੱਕਰੇ ਨਾਲ ਰੋਟੀ ਖਵਾਉਣੇ ਮੀਆਂ ਜੀ ਕੀ ਹਾਲ ਆ ਠੀਕ ਹੋ ਆ ਸਿਆਣੇ ਬੰਦੇ ਅੱਗੇ ਵਿਆਹ ਕਰੋ ਕੋਈ ਸਿਆਣੀ ਗੱਲ ਦੱਸਣ ਤੁਹਾਨੂੰ ਬੰਦੇ ਖੁੰਡੇ ਆਪਸ 'ਚ ਮਖੌਲ ਕਰਕੇ ਘਰ ਚਲੇ ਜਾਂਦੇ ਹੋ ਅਸੀਂ ਤੇ ਆਖਰਤ ਬਣਾਉਣੀ ਬਜ਼ੁਰਗਾਂ ਦੀ ਇੱਜ਼ਤ ਕਰੋ ਕੋਲ ਬਹੁ ਉਹਨਾਂ ਦੇ ਅਸੀਂ ਟਾਈਮ ਹੀ ਨਹੀਂ ਲੱਗਦਾ ਜੀ ਪੱਠੇ ਦੱਥੇ ਤੋਂ ਟਾਈਮ ਨਹੀਂ ਲੱਗਦਾ ਬਜ਼ੁਰਗਾਂ ਦੇ ਹੁਣ ਕਿਹੜੇ ਵੇਲੇ ਹੁਣ ਤੇ ਮੀਆਂ ਸਾਹਿਬ ਜਾਂਦੇ ਥਰੈਸ਼ਰ ਆਏ ਆ ਮੁੰਡੇ ਹੋ ਗਏ ਹੱਡ ਰਾਮ ਨਹੀਂ ਤੇ ਕਣਕਾਂ ਥਲਾਂ ਹੀ ਵੱਢਦੇ ਸਾ ਤੇ ਕੀ ਸਾਰਾ ਦਿਨ ਰੌਣਕਾਂ ਢੋਲ ਵੱਜਣ ਦਾ ਲੋਕ ਕਣਕਾਂ ਕੱਟਣ ਦਾ ਆ ਇੱਥੇ ਵਿਆਹ ਕਰੋ ਮੀਆਂ ਹੋਣਾ ਕੋ ਹੈ ਮੀਆਂ ਅਲੀ ਕਾਕਾ ਤੂੰ ਉੱਥੋਂ ਬੱਕਰਾ ਲੈ ਗਿਆ ਤੇ ਮੁੰਡੇ ਤੁਸੀਂ ਹੱਥ ਹੁੱਥ ਰੋਟੀ ਖਾ ਲਈ ਰੋਟੀ ਦਾ ਟਾਈਮ ਹੋ ਗਿਆ ਲੈ ਜਾ ਦਾਤਰੀਆਂ ਲੈ ਜਾ ਅਸੀਂ ਉੱਥੇ ਜਰਾ ਰੋਟੀ ਖਾ ਲਈ ਆ ਜਾ ਉੱਥੇ ਹੱਥ ਧੋ ਕੇ ਹੱਥ ਧੋਣ ਤੋਂ ਬਗੈਰ ਨਾ ਉੱਥੇ ਪਵੇ ਕੋਈ ਅੱਛਾ ਜੀ ਹੱਥ ਚੋਰੀ ਸਾਹਿਬ ਹੱਥ ਧੋ ਲੈਂਦੇ ਹੁਣ ਕੋਈ ਜੇਬ 'ਚ ਦਾਣੇ ਦੋਣੇ ਤਾਂ ਨਹੀਂ ਪਾਏ ਕਿਹੜਾ ਫੀਮ ਵੱਢਣ ਡਿਆ ਸੀ ਉੱਥੋਂ ਆਇਓ ਲਓ ਜੀ ਅੱਜ ਤੇ ਮੌਜਾਂ ਹੀ ਲੱਗ ਗਈਆਂ ਹੈ ਨਾ ਬੱਕਰੇ ਨਾਲ ਹੀ ਖਾਵਾਂਗੇ ਉਹ ਸਾਹਮਣੇ ਬੇਸਣ ਲੱਗਾ ਨਾ ਹਾਂਜੀ ਇੱਥੇ ਹੱਥ ਧੋ ਚਲੋ ਬੜਾ ਰਾਜੀ ਆ ਵੀ ਆਂਦਾ ਤੁਹਾਨੂੰ ਬੱਕਰੇ ਨਾਲ ਰੋਟੀ ਖਵਾਉਣੀ ਆ ਵੀ ਅੱਜ ਤੇ ਜਿਉਂ ਪੁੱਛੇ ਚੋਰੀ ਸਾਹਿਬ ਕਹਿੰਦੇ ਸਬਜ਼ੀ ਖਾਓ ਇਹ ਚੰਗੀ ਹੁੰਦੀ ਹੈ ਹਾਂ ਸਬਜ਼ੀ ਸਾਡਾ ਮੈਂ ਆਨਾ ਵਾ ਵੀ ਛੋਲਿਆਂ ਦੀ ਦਾਲ ਖਵਾ ਖਵਾ ਮੇਦਾ ਬੰਦ ਕਰਤਾ ਚੋਰੀ ਨੇ ਅੱਜ ਤੇ ਪਤਾ ਨੀ ਕਿਹੜਾ ਦਿਨ ਚੜਿਆ ਆ ਅੱਜ ਤੇ ਬੱਕਰੇ ਨਾਲ ਅੱਗੇ ਜਾਣਾ ਪਤਾ ਅੱਗੇ ਚੱਲੋ ਇੱਕ ਬੁਰਕੀ ਬੱਕਰੇ ਦੇ ਮੂੰਹ ਤੇ ਇੱਕ ਬੁਰਕੀ ਇੱਥੇ ਆਇਆ ਗੋਗੇ ਕੁਰਸੀ ਫੜ ਲਾ ਹਲਾ ਡੈਡੀ ਤੂੰ ਵੀ ਕੁਰਸੀ ਚੋਰੀ ਜੀ ਨਾਲ ਹੀ ਬਹਿ ਗਿਆ ਮੰਮੀ ਜੀ ਉਹ ਬਹਿ ਜਾ ਨਾਲ ਕਿਹੜਾ ਐਡਾ ਰੌਲਾ ਯਾਰ ਨਾਲੋਂ ਕਿਹੜਾ ਮੇਰਾ ਤੂੰ ਜੇਬ ਕੱਟ ਲੈਣੀ ਆ ਅਸੀਂ ਕਦੀ ਨੌਕਰ ਮਾਲਕ ਜੀ ਫਰਕ ਸਮਝਿਆ ਹੀ ਨੀ ਤੁਹਾਡੀ ਧੋਣ ਦਾ ਉਹ ਸ਼ੇਰਾਂ ਦੇ ਹੱਥ ਧੋਤੇ ਹੀ ਹੁੰਦੇ ਅੱਛਾ ਫਿਰ ਮੈਂ ਹੱਥ ਧੋਣਾ ਕਿੰਨੀਆਂ ਰੋਟੀਆਂ ਖਾਏਗਾ ਲਓ ਮੇਰੇ ਕੋਲ ਤੇ ਅੱਜ ਨਾ ਮੈਂ ਤੇ ਢਾਈਆਂ ਤਿੰਨਾਂ ਨੂੰ ਗੇੜਾ ਕਰਾਵਾਂਗਾ ਬੱਕਰੀਆਂ ਰੋਟੀਆਂ ਖਾਣੀਆਂ ਭੁੱਖ ਬੜੀ ਲੱਗੀ ਆ ਅੱਜ ਤੇ ਨਾ ਚੌਰੀ ਸਾਹਿਬ ਨੇ ਪਾਰਟੀ ਕਰਤੀ ਸਾਡੀ ਕਿੰਨੇ ਖੁਸ਼ ਆ ਮੇਰਾ ਚੌਰੀ ਸਾਹਿਬ ਚੌਰੀ ਖਾਲਦ ਸਾਹਿਬ ਇੱਥੇ ਦੰਬ ਪੁਖਤ ਵੀ ਕਰਦੇ ਹੁੰਦੇ ਆ ਉਹ ਥੋੜੇ ਦਿਨ ਹੋਏ ਕੀਤਾ ਉਦਣ ਤੁਸੀਂ ਛੁੱਟੀ ਤੇ ਸੀ ਆਹੋ ਮੈਂ ਮੇਰਾ ਖਿਆਲ ਸਹੁਰੇ ਗਿਆ ਸੀ ਤੇ ਮੈਂ ਬੜਾ ਮਿਸ ਕੀਤਾ ਉਹਨੂੰ ਉਹ ਆ ਗਿਆ ਵੀ ਹਲੀ ਆ ਗਿਆ ਉਹ ਰੱਖ ਗਲਾਸ ਰੱਖ ਲੈ ਪਾਣੀ ਵੀ ਅੱਜ ਉਹ ਹੀ ਪੀਓਗੇ ਜਿਹੜਾ ਮੈਂ ਪੀਨਾ ਮੈਂ ਕਹਿੰਦਾ ਤੁਹਾਡੇ ਇਸ ਨੇ ਬੱਚਿਆਂ ਨੂੰ ਦੁਆ ਦੇਵਾਂਗੇ ਵੀ ਤੁਸੀਂ ਨਾ ਕਾਮਿਆਂ ਨੂੰ ਆਈ ਕੰਮ ਨਹੀਂ ਸਮਝਿਆ ਐਡਾ ਕੋਈ ਨਹੀਂ ਹੈਗਾ ਆਹ ਤਾਂ ਦੇਖ ਲਓ ਰੋਟੀ ਘੱਟ ਆ ਤਾਂ ਹੋਰ ਮੰਗਾ ਲੈਂਦੇ ਚੋਰੀ ਸਾਹਿਬ ਰੋਟੀਆਂ ਤੇ ਆ ਗਈਆਂ ਤੇ ਉਹ ਬੱਕਰਾ ਕਿੱਥੇ ਹੈ ਬੱਕਰਾ ਲੋ ਉਹ ਅਲੀ ਆ ਹੀ ਗਿਆ ਉਹ ਲਿਆ ਇੱਧਰ ਲਿਆ ਬੱਕਰਾ ਉਹੀ ਗੱਲ ਹੈ ਤੇ ਬਾ ਬੱਕਰੇ ਨੂੰ ਜਿਹੜਾ ਤੁਸੀਂ ਕਿਹਾ ਬੱਕਰੇ ਨਾਲ ਬਹਿ ਕੇ ਰੋਟੀ ਖਾਓ ਅੱਜ ਹਾਂਜੀ ਅੱਜ ਤੁਸੀਂ ਇਹਦੇ ਨਾਲ ਖਾਓਗੇ ਕੱਲ੍ਹ ਉਹ ਵੀ ਤੁਹਾਡੇ ਨਾਲ ਖਾਏਗਾ ਕਹਿੰਦੇ ਸਾਹਿਬ ਤੁਸੀਂ ਇੰਜ ਰੋਟੀ ਖਵਾਉਣੀ ਸੀ ਸਾਨੂੰ ਬੱਕਰੇ ਨਾਲ ਮੈਂ ਕਿਹਾ ਨਾ ਬਾਹੋ ਬੱਕਰੇ ਨਾਲ ਕਿਹਾ ਲਿਆ ਬੱਕਰਾ ਹੀ ਆ ਜਜ਼ਬਾਤ ਨਾ ਇੰਜ ਤਰ੍ਹਾਂ ਨਾ ਖੇਲੋ ਅਸੀਂ ਹੁਣ ਬੱਕਰੇ ਦਾ ਮੂਡ ਬਣਾਇਆ ਸੀ ਤੇ ਤੁਸੀਂ ਜੀਂਦਾ ਖੜਾ ਕਰਸ਼ਲ ਦੇ ਨਾਲ ਅਸੀਂ ਰੋਟੀ ਬੁਰਕੀ ਗਲਾਈ ਮੈਂ ਤੁਹਾਨੂੰ ਇਹ ਪੁੱਛਿਆ ਵੀ ਮਸਾਲਾ ਕਿੱਦਾਂ ਦਾ ਜਾਂ ਸਪਾਈਸੀ ਹੋਵੇ ਜਾਂ ਹਲਕਾ ਲੂਣ ਮਿਰਚ ਮੈਂ ਪੁੱਛਿਆ ਮੈਂ ਤੁਹਾਨੂੰ ਕਿਹਾ ਬੱਕਰੇ ਨਾਲ ਰੋਟੀ ਉਹ ਆ ਗਿਆ ਬੱਕਰਾ ਉਹ ਕੀ ਸੋਚੇਗਾ ਹੁਣ ਉਹ ਮੇਰੇ ਕਹਿਣ ਤੇ ਆ ਗਿਆ ਤੁਸੀਂ ਨਹੀਂ ਖਾਣ ਦਾ ਬਾਕੀ ਹੋਊਗੀ
ਇੱਕ ਨਾ ਇੱਕ ਦਿਨ ਇਹਨੇ ਵੀ ਪਕੜਾ ਹੀ ਆ ਕਿਤੇ ਨਾ ਕਿਤੇ ਨਾਲ ਮਾਂ ਦੇ ਮੇਰੀ ਤੇ ਭੁੱਖੀ ਮਰ ਗਈ ਆ ਮੈਂ ਤੇ ਕਹਿਣ ਡਿਆ ਸੀ ਚੱਬਣ ਵਾਲੀਆਂ ਬੋਟੀਆਂ ਖਾਵਾਂਗੇ ਯਾਰਾ ਯਾ ਇਹ ਮੁਰਕਰੀ ਕੰਨ ਆ ਚੱਬਣ ਵਾਲੀ ਬੋਟੀ ਆ ਇਹਦੀ ਉਹਦੇ ਨਾਲ ਮੈਂ ਜੀਂਦੇ ਦੇ ਕੰਨ ਫੜ ਲਵਾਂ ਤੇ ਉਹ ਮੇਰੇ ਢੁੱਡ ਮਾਰੇ ਗਾਂ ਹਾਂ ਇਹ ਕਿਹੜੀ ਗੱਲ ਚੱਲ ਜ਼ਿਆਦਾ ਭੁੱਖ ਨਹੀਂ ਹੈਗੀ ਥੋੜ੍ਹੀ ਜੀ ਖਾ ਲਾ ਇਹਦੇ ਨਾਲ ਚਲੀ ਸਾਹਿਬ ਇਹ ਤੇ ਗੱਲ ਗਲਤ ਆ ਮੇਰਾ ਤੇ ਦਿਲ ਹੀ ਤੋੜਤਾ ਤੁਸੀਂ ਕਿਉਂ ਇਹਦੇ ਏਦਾਂ ਨਾਲ ਥੋੜ੍ਹਾ ਖਾਣੀ ਸੀ ਅਸੀਂ ਵੀ ਤੁਸੀਂ ਸਾਨੂੰ ਪਹਿਲਾਂ ਦੱਸਦੇ ਏਡਾ ਝੂਠਾ ਚੌਰੀ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਮੈਂ ਸਹੀ ਹੈ ਯਾਰ ਮਜ਼ਾ ਆਇਆ ਵੀਡੀਓ ਦੇਖ ਕੇ ਇਹ ਵਾਲਾ ਕਿਉਂਕਿ ਨਾ ਜਿਹੜਾ ਇਹ ਵਾਲਾ ਜੋਕ ਹੈ ਨਾ ਇਹ ਬੜਾ ਕੋਮਨ ਜਿਹਾ ਜੋਕ ਹੋਇਆ ਪਿਆ ਹੁਣ ਤਾਂ ਕਰਕੇ ਮੈਨੂੰ ਸਟਾਰਟਿੰਗ 'ਚ ਲੱਗਾ ਸੀਗਾ ਕਿ ਹਾਂ ਇਹੀ ਹੋਊਗਾ ਪਰ ਇਹਨਾਂ ਦੀ ਐਕਟਿੰਗ ਅੱਜ ਮੈਂ ਫੈਨ ਹਾਂ ਯਾਰ ਇਹਨਾਂ ਦੀ ਐਕਟਿੰਗ ਦੇ ਸੱਚੀ ਇਹਨਾਂ ਨੇ ਵੱਖਰੇ ਜਿਹੇ ਕਿਰਦਾਰ ਅੱਜ ਲਏ ਆ ਅਤੇ ਕਿਰਦਾਰ ਤਾਂ ਲਏ ਇਹਨਾਂ ਦੀ ਅੱਜ ਐਕਟਿੰਗ ਵੀ ਡਿਫਰੈਂਟ ਲੱਗਦੀ ਹੈ ਕਿ ਹਾਂ ਉਹਦੇ ਵਿੱਚ ਵੜ ਗਏ ਇਹ ਪੂਰੇ ਮੈਨੂੰ ਤਾਂ ਵਧੀਆ ਲੱਗਦਾ ਅੱਗੇ ਵੀ ਵਧੀਆ ਐਕਟਿੰਗ ਕਰਦੇ ਆ ਔਰ ਅੱਜ ਵੀ ਵਧੀਆ ਐਕਟਿੰਗ ਕੀਤੀ ਹੈ ਬੇਟਾ ਲਾਸਟ ਤੇ ਬੜਾ ਵਧੀਆ ਕੀਤਾ ਇਹਨਾਂ ਨੇ ਐਂਡ ਬੜਾ ਵਧੀਆ ਲੱਗਾ ਇਹਨਾਂ ਨੇ ਕੰਮ ਸੋਹਣਾ ਕੀਤਾ ਦੇ ਵਿੱਚ ਮਤਲਬ ਇਹਨਾਂ ਨੇ ਪੂਰਾ ਮਾਹੌਲ ਬਣਾਇਆ ਲਾਸਟ ਤੇ ਇਹਨਾਂ ਨੇ ਮਤਲਬ ਉਹ ਕਰਤਾ ਮਤਲਬ ਜੇ ਜਿਸ ਤਰ੍ਹਾਂ ਦੀ ਵੀ ਵੀਡੀਓ ਬਣਾਉਂਦੇ ਆ ਉੱਥੇ ਪਹੁੰਚ ਜਾਂਦੇ ਆ ਉਹਨਾਂ ਦੇ ਕੋਲ ਤੇ ਉਹੋ ਜਿਹੀਆਂ ਵੀਡੀਓ ਬਣਾਉਂਦੇ ਆ ਫਿਰ ਉਹ ਜਿਹੜਾ ਕੰਮ ਹੁੰਦਾ ਉਸ ਕੰਮ ਬਾਰੇ ਵੀ ਇਹ ਗੱਲਾਂ ਕਰਦੇ ਆ ਨਾਲ ਕਰਦੇ ਨਾਲ ਇਹ ਥੋੜੇ ਬਹੁਤ ਦੱਸਦੇ ਵੀ ਇਹਦਾ ਵਿਚਾਰੇ ਨਾਲ ਬਹੁਤ ਗਲਤ ਹੁੰਦਾ ਕਿਸਾਨਾਂ ਨਾਲ ਬਹੁਤ ਅੱਛੀਆਂ ਚੀਜ਼ਾਂ ਦੱਸੀਆਂ ਵਿੱਚ ਵਿੱਚੋਂ ਸਹੀ ਹੈ ਯਾਰ ਕਿਸਾਨੀ ਕਰਨੀ ਕੋਈ ਸੌਖੀ ਗੱਲ ਨਹੀਂ ਹੈਗੀ ਬਹੁਤ ਔਖਾ ਕੰਮ ਆ ਇੱਕਦਮ ਮੀਂਹ ਆ ਜੇ ਆਪਾਂ ਨੂੰ ਕੀ ਪਤਾ ਇੱਕਦਮ ਮਤਲਬ ਧੁੱਪ ਹੁੰਦੀ ਹੈ ਤੇ ਇੱਕਦਮ ਬਾਰਿਸ਼ ਆ ਜਾਂਦੀ ਪਤਾ ਹੀ ਨਹੀਂ ਲੱਗਦਾ ਹੱਥ ਖੜੇ ਹੋ ਜਾਂਦੇ ਉਦੋਂ ਤਾਂ ਫਿਰ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਹਾਂ ਕੀ ਕਰੀਏ ਉਦੋਂ ਫਿਰ ਸਾਰਾ ਰੱਬ ਆਸਰ ਹੀ ਛੱਡਿਆ ਹੁੰਦਾ ਸੋ ਸਹੀ ਹੈ ਯਾਰ ਮਜ਼ਾ ਆਇਆ ਬਾਕੀ ਅੱਜ ਦੀ ਵੀਡੀਓ ਦੇਖ ਕੇ ਅਤੇ ਵਾਹਿਗੁਰੂ ਨਾ ਕਰੇ ਕਿ ਕਿਸੇ ਦੀ ਫਸਲ ਜਿਹੜੀ ਹੈ ਬਰਬਾਦ ਹੋਵੇ ਇਸ ਵਾਰ ਅਤੇ ਸਾਰਿਆਂ ਦੀ ਵਧੀਆ ਫਸਲ ਹੋਵੇ ਦੇਖੋ ਮਿਹਨਤ ਵਾਲਾ ਕੰਮ ਹੁੰਦਾ ਪਹਿਲਾਂ ਫਸਲਾਂ ਵੱਢਣੀਆਂ ਫਿਰ ਮੰਡਣੀ 'ਚ ਮੰਡੀ 'ਚ ਕਿੰਨੇ ਕਿੰਨੇ ਦਿਨ ਲਾ ਕੇ ਰੱਖਣੀਆਂ ਫਿਰ ਮੰਡੀ 'ਚ ਵੀ ਉੱਦਾਂ ਦੇ ਪ੍ਰਬੰਧ ਹੁੰਦੇ ਆ ਕਿ ਮੀਂਹ ਆ ਜਾਏ ਕਣਕਾਂ ਗਿੱਲੀਆਂ ਫਿਰ ਉਹ ਲੈਂਦੇ ਨਹੀਂ ਠੀਕ ਹੈ ਜਾਂ ਭਾਅ ਘੱਟ ਲੈਂਦੇ ਜਾਂ ਹੋਰ ਸਿਸਟਮ ਸੋ ਬੜਾ ਔਖਾ ਹੈ ਯਾਰ ਕਿਸਾਨੀ ਅਤੇ ਇਹਨਾਂ ਨੂੰ ਮੁੱਲ ਮਿਲਦੇ ਨਹੀਂ ਇੰਡੀਆ ਪਾਕਿਸਤਾਨ ਦੇ ਵਿੱਚ ਸੇਮ ਹਾਲਾਤ ਹੀ ਹੈ ਸੋ ਵਧੀਆ ਇਹਨਾਂ ਨੇ ਇੱਕ ਕੰਸੈਪਟ ਬਣਾਇਆ ਅੱਜ ਦਾ ਨਾਲੇ ਇੱਕ ਮੈਸੇਜ ਜਾਂਦਾ ਲੋਕਾਂ ਨੂੰ ਕਿ ਲੋਕ ਘੱਟੋ ਘੱਟ ਸੋਚਦੇ ਤਾਂ ਹੈ ਕਿ ਯਾਰ ਜੇ ਆਪਾਂ ਘਰੇ ਬੈਠ ਕੇ ਰੋਟੀ ਆਰਾਮ ਨਾਲ ਖਾ ਰਹੇ ਹਾਂ ਤਾਂ ਉਹ ਕਿਸਾਨਾਂ ਦੇ ਕਰਕੇ ਹੀ ਆ ਮੈਂ ਤਾਂ ਕਹਿੰਦੀ ਛੱਤ ਪਾ ਲਿਆ ਕਰਨ ਛੱਤ ਹੁਣ ਵਿਚਾਰੇ ਕਿੰਨੀ ਕੁ ਛੱਤ ਪਾਉਣੇ ਏਡੀ ਹਨਾ ਨਹੀਂ ਇੰਨੇ ਕਿਸਾਨਾਂ ਕੋਲ ਪੈਸੇ ਹੁੰਦੇ ਆ ਕਿੱਥੇ ਹੁੰਦੇ ਆ ਵਿਚਾਰੇ ਬਹੁਤ ਮਤਲਬ ਇੱਕ ਲੱਗਦਾ ਹੈ ਕਿ ਕਿਸਾਨਾਂ ਕੋਲ ਬੜੇ ਪੈਸੇ ਹੁੰਦੇ ਆ ਕੋਈ ਕੋਈ ਜ਼ਿਮੀਂਦਾਰ ਹੋਣਗੇ ਜਿਹੜੇ ਹੁੰਦੇ ਆ ਨਾ ਕੋਈ ਕੋਈ ਜ਼ਿਮੀਂਦਾਰ ਹੋਣਗੇ ਜਿਨ੍ਹਾਂ ਕੋਲ ਹੁੰਦੇ ਆ ਬਹੁਤ ਲੇਕਿਨ ਜਿਹਦੇ ਕੋਲ ਮੇਰੇ ਖਿਆਲ ਅੱਜ ਕੱਲ੍ਹ 5-10 ਕਿੱਲੇ ਵੀ ਹੈ ਨਾ ਉਹ ਵੀ ਇੱਕ ਗੁਜ਼ਾਰਾ ਉਹਨਾਂ ਦਾ ਚਲਾਉਣਾ ਵੀ ਬਹੁਤ ਔਖਾ ਹੋਇਆ ਪਿਆ ਇੰਨੇ ਹਾਲਾਤ ਮਤਲਬ ਇੱਦਾਂ ਦੇ ਹੋਏ ਜੇ ਕੋਈ ਮੁਰੱਬਿਆਂ ਦਾ ਮਾਲਕ ਹੈ ਉਹਨੂੰ ਹੋ ਸਕਦਾ ਕਿ ਕੋਈ ਫਰਕ ਨਾ ਪਵੇ ਲੇਕਿਨ ਜਿਹੜੇ 5-10 ਕਿੱਲਿਆਂ ਵਾਲੇ ਆ ਉਹਨਾਂ ਨੂੰ ਤਾਂ ਬਈ ਕੰਮ ਔਖਾ ਹੀ ਆ ਸੋ ਇਹ ਸੀ ਅੱਜ ਵੀਡੀਓ ਤੁਹਾਨੂੰ ਕਿਤੇ ਲੱਗੀ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਾਣ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਪੱਕਾ ਕਰਿਓ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਤਦ ਤੱਕ ਸੁਣਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ।